ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਇੱਕ ਡਿਲੀਵਰੀ ਬੋਆਏ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰੀ ਕਰ ਰਿਹਾ ਸੀਗਾ, ਕਾਫੀ ਦਿਨਾਂ ਤੋਂ ਇਹ ਨਸ਼ਾ ਤਸਕਰੀ ਕਰਦਾ ਸੀ। ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਪੂਰਾ ਨਸ਼ਾ ਸਪਲਾਈ ਕਰ ਰਿਹਾ ਸੀਗਾ। ਹੁਣ ਤੱਕ ਦੀ ਜਾਣਕਾਰੀ ਜਿਹੜੀ ਸੀਨੀਅਰ ਅਫਸਰਾਂ ਨੇ ਦਿੱਤੀ ਹੈ ਕਿ ਕਾਫੀ ਦਿਨਾਂ ਤੋਂ ਇਹ ਜਿਹੜੀ ਡਿਲੀਵਰੀ ਦੇ ਨਾਲ ਨਾਲ KFC ਦਾ ਡਿਲੀਵਰੀ ਬੋਆਏ ਦੱਸਿਆ ਜਾ ਰਿਹਾ, ਜੋ ਕਿ ਸੈਕਟਰ 15 ਦਾ ਜਿਹੜਾ KFC ਦਾ ਹੈ ਉੱਥੋਂ ਇਹ ਜੋਬ ਕਰਦਾ ਸੀ, ਅਤੇ ਸੈਕਟਰ 45 ਬੜੈਲ ਤੋਂ ਇਸ ਨੂੰ ਕਾਬੂ ਕੀਤਾ। ਇੱਕ ਪੈਟਰੋਲਿੰਗ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਚੱਲ ਰਹੀ ਸੀ, ਜਿਸ ਤੋਂ ਬਾਅਦ ਸ਼ੱਕ ਦੇ ਬਿਹਾਵ 'ਤੇ ਜਦ ਇਹਨੂੰ ਰੋਕਿਆ, ਇਹਨੂੰ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਹੀਰੋਇਨ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਇਸਨੇ ਕੀਤਾ, ਜੋ ਕਿ ਹੁਣ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿੰਨੇ ਦਿਨਾਂ ਤੋਂ ਇਹ ਡਿਲੀਵਰੀ ਬੋਆਏ ਬਣ ਕੇ ਇਹ ਪੂਰਾ ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਪੂਰੀ ਸਪਲਾਈ ਕਰ ਰਿਹਾ ਸੀਗਾ। ਹਾਲਾਂਕਿ ਹੋਰ ਵੀ ਖੁਲਾਸੇ ਇਹਦੀ ਪੁੱਛਗਿੱਛ 'ਚ ਸਾਹਮਣੇ ਆ ਰਹੇ ਕਿ ਆਖਿਰ ਕਿਸ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹ ਡਿਲੀਵਰੀ ਦੇ ਨਾਂ 'ਤੇ ਸਪਲਾਈ ਕਰ ਰਿਹਾ ਸੀਗਾ, ਕਿਸ ਨੂੰ ਸਪਲਾਈ ਕਰਦਾ ਸੀਗਾ, ਕੌਣ ਕੌਣ ਇਹਦੇ ਹੋਰ ਜਿਹੜੇ ਨਾਲ ਦੇ ਨੇ, ਕੌਣ ਕਿੱਥੋਂ ਲੈ ਕੇ ਆਉਂਦਾ, ਕਿਸ ਨੂੰ ਦਿੰਦਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ, ਕਿਉਂਕਿ ਨਸ਼ੇ ਨੂੰ ਲੈ ਕੇ, ਕਿਉਂਕਿ ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਆਖਿਰ ਕਿਸ ਨੂੰ ਨਸ਼ਾ ਵੇਚਦਾ ਸੀ, ਕਿਸ ਨੂੰ ਦਿੰਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 45 ਬੜੈਲ ਤੋਂ ਇਸ ਨੂੰ ਕਾਬੂ ਕੀਤਾ ਗਿਆ, ਔਰ ਇਹ ਕਾਫੀ ਦਿਨਾਂ ਤੋਂ, ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਦਿਨਾਂ ਤੋਂ ਇਹ ਡਿਲੀਵਰੀ ਦੇ ਨਾਂ 'ਤੇ, ਹਾਲਾਂਕਿ ਡਿਲੀਵਰੀ ਬੋਆਏ ਸੀ, ਡਿਲੀਵਰੀ ਦਿੰਦਾ ਸੀਗਾ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ, ਲੇਕਿਨ ਉਸ ਦੇ ਨਾਲ ਨਾਲ ਇਹ ਹੀਰੋਇਨ ਵੀ ਜਿਹੜਾ ਹੈਗਾ ਉਹ ਸਪਲਾਈ ਕਰਦਾ ਸੀਗਾ। ਇਹਦਾ ਕਿੰਗ ਪਿੰਨ ਕੌਣ ਹੈ, ਮਾਸਟਰ ਮਾਈਂਡ ਕੌਣ ਹੈ, ਕਿੱਥੋਂ ਲੈ ਕੇ ਆਉਂਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। 40 ਸਾਲ ਦਾ ਇਹ ਜਿਹੜਾ ਨੌਜਵਾਨ ਹੈ, ਕਈ ਚੀਜ਼ਾਂ ਦਾ ਖੁਲਾਸਾ ਹੁਣ ਕਰਦਾ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਕਿੰਨੇ ਦਿਨਾਂ ਤੋਂ ਇਹ ਪੂਰੀ ਜਿਹੜੀ ਚੇਨ ਚੱਲ ਰਹੀ ਹੈ, ਕੌਣ ਕੌਣ ਇਹਦੇ ਨਾਲ ਹੈ, ਕਿੱਥੋਂ ਲੈ ਕੇ ਆਉਂਦਾ ਸੀਗਾ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ, ਕਿਉਂਕਿ ਨਸ਼ੇ ਨੂੰ ਲੈ ਕੇ, ਨਸ਼ੇ ਦੇ ਖਾਤਮੇ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ। ਔਰ ਇਹ ਬੜਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਡਿਲੀਵਰੀ ਬੋਆਏ ਬਣ ਕੇ ਅੱਗੇ ਸਪਲਾਈ ਕਰਦਾ ਸੀਗਾ। ਹੁਣ ਸਾਰਾ ਜਾਂਚ ਦਾ ਵਿਸ਼ਾ, ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਗਿਆ ਸੀਗਾ, ਦੁਬਾਰਾ ਪੇਸ਼ ਕਰਨਾ ਹੈ, ਹੋਰ ਵੀ ਚੀਜ਼ਾਂ ਦਾ ਖੁਲਾਸਾ ਲਗਾਤਾਰ ਜਲਦ ਪੁਲਿਸ ਕਰਨ ਵਾਲੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਇੱਕ ਡਿਲੀਵਰੀ ਬੋਆਏ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰੀ ਕਰ ਰਿਹਾ ਸੀਗਾ, ਕਾਫੀ ਦਿਨਾਂ ਤੋਂ ਇਹ ਨਸ਼ਾ ਤਸਕਰੀ ਕਰਦਾ ਸੀ। ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਪੂਰਾ ਨਸ਼ਾ ਸਪਲਾਈ ਕਰ ਰਿਹਾ ਸੀਗਾ। ਹੁਣ ਤੱਕ ਦੀ ਜਾਣਕਾਰੀ ਜਿਹੜੀ ਸੀਨੀਅਰ ਅਫਸਰਾਂ ਨੇ ਦਿੱਤੀ ਹੈ ਕਿ ਕਾਫੀ ਦਿਨਾਂ ਤੋਂ ਇਹ ਜਿਹੜੀ ਡਿਲੀਵਰੀ ਦੇ ਨਾਲ ਨਾਲ KFC ਦਾ ਡਿਲੀਵਰੀ ਬੋਆਏ ਦੱਸਿਆ ਜਾ ਰਿਹਾ, ਜੋ ਕਿ ਸੈਕਟਰ 15 ਦਾ ਜਿਹੜਾ KFC ਦਾ ਹੈ ਉੱਥੋਂ ਇਹ ਜੋਬ ਕਰਦਾ ਸੀ, ਅਤੇ ਸੈਕਟਰ 45 ਬੜੈਲ ਤੋਂ ਇਸ ਨੂੰ ਕਾਬੂ ਕੀਤਾ। ਇੱਕ ਪੈਟਰੋਲਿੰਗ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਚੱਲ ਰਹੀ ਸੀ, ਜਿਸ ਤੋਂ ਬਾਅਦ ਸ਼ੱਕ ਦੇ ਬਿਹਾਵ 'ਤੇ ਜਦ ਇਹਨੂੰ ਰੋਕਿਆ, ਇਹਨੂੰ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਹੀਰੋਇਨ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਇਸਨੇ ਕੀਤਾ, ਜੋ ਕਿ ਹੁਣ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿੰਨੇ ਦਿਨਾਂ ਤੋਂ ਇਹ ਡਿਲੀਵਰੀ ਬੋਆਏ ਬਣ ਕੇ ਇਹ ਪੂਰਾ ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਪੂਰੀ ਸਪਲਾਈ ਕਰ ਰਿਹਾ ਸੀਗਾ। ਹਾਲਾਂਕਿ ਹੋਰ ਵੀ ਖੁਲਾਸੇ ਇਹਦੀ ਪੁੱਛਗਿੱਛ 'ਚ ਸਾਹਮਣੇ ਆ ਰਹੇ ਕਿ ਆਖਿਰ ਕਿਸ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹ ਡਿਲੀਵਰੀ ਦੇ ਨਾਂ 'ਤੇ ਸਪਲਾਈ ਕਰ ਰਿਹਾ ਸੀਗਾ, ਕਿਸ ਨੂੰ ਸਪਲਾਈ ਕਰਦਾ ਸੀਗਾ, ਕੌਣ ਕੌਣ ਇਹਦੇ ਹੋਰ ਜਿਹੜੇ ਨਾਲ ਦੇ ਨੇ, ਕੌਣ ਕਿੱਥੋਂ ਲੈ ਕੇ ਆਉਂਦਾ, ਕਿਸ ਨੂੰ ਦਿੰਦਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ, ਕਿਉਂਕਿ ਨਸ਼ੇ ਨੂੰ ਲੈ ਕੇ, ਕਿਉਂਕਿ ਚੰਡੀਗੜ੍ਹ ਦੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਇਹ ਆਖਿਰ ਕਿਸ ਨੂੰ ਨਸ਼ਾ ਵੇਚਦਾ ਸੀ, ਕਿਸ ਨੂੰ ਦਿੰਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 45 ਬੜੈਲ ਤੋਂ ਇਸ ਨੂੰ ਕਾਬੂ ਕੀਤਾ ਗਿਆ, ਔਰ ਇਹ ਕਾਫੀ ਦਿਨਾਂ ਤੋਂ, ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਦਿਨਾਂ ਤੋਂ ਇਹ ਡਿਲੀਵਰੀ ਦੇ ਨਾਂ 'ਤੇ, ਹਾਲਾਂਕਿ ਡਿਲੀਵਰੀ ਬੋਆਏ ਸੀ, ਡਿਲੀਵਰੀ ਦਿੰਦਾ ਸੀਗਾ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ, ਲੇਕਿਨ ਉਸ ਦੇ ਨਾਲ ਨਾਲ ਇਹ ਹੀਰੋਇਨ ਵੀ
ਜਿਹੜਾ ਹੈਗਾ ਉਹ ਸਪਲਾਈ ਕਰਦਾ ਸੀਗਾ। ਇਹਦਾ ਕਿੰਗ ਪਿੰਨ ਕੌਣ ਹੈ, ਮਾਸਟਰ ਮਾਈਂਡ ਕੌਣ ਹੈ, ਕਿੱਥੋਂ ਲੈ ਕੇ ਆਉਂਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। 40 ਸਾਲ ਦਾ ਇਹ ਜਿਹੜਾ ਨੌਜਵਾਨ ਹੈ, ਕਈ ਚੀਜ਼ਾਂ ਦਾ ਖੁਲਾਸਾ ਹੁਣ ਕਰਦਾ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਇਹ ਕਿੰਨੇ ਦਿਨਾਂ ਤੋਂ ਇਹ ਪੂਰੀ ਜਿਹੜੀ ਚੇਨ ਚੱਲ ਰਹੀ ਹੈ, ਕੌਣ ਕੌਣ ਇਹਦੇ ਨਾਲ ਹੈ, ਕਿੱਥੋਂ ਲੈ ਕੇ ਆਉਂਦਾ ਸੀਗਾ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਨਸ਼ੇ ਨੂੰ ਲੈ ਕੇ, ਨਸ਼ੇ ਦੇ ਖਾਤਮੇ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ। ਔਰ ਇਹ ਬੜਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਡਿਲੀਵਰੀ ਬੋਆਏ ਬਣ ਕੇ ਅੱਗੇ ਸਪਲਾਈ ਕਰਦਾ ਸੀਗਾ। ਹੁਣ ਸਾਰਾ ਜਾਂਚ ਦਾ ਵਿਸ਼ਾ ਹੈ, ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਗਿਆ ਸੀਗਾ, ਦੁਬਾਰਾ ਪੇਸ਼ ਕਰਨਾ ਹੈ, ਹੋਰ ਵੀ ਚੀਜ਼ਾਂ ਦਾ ਖੁਲਾਸਾ ਲਗਾਤਾਰ ਜਲਦ ਪੁਲਿਸ ਕਰਨ ਵਾਲੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।